ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਵਿੰਦਰ ਕੁਮਾਰ ਹੈ ਜੀ। ਮੇਰਾ ਨਾਮ ਰਾਹੁਲ ਹੈ। ਸੌਦਾ ਲੈਣ ਗਿਆ ਉੱਥੇ ਕਿਸੇ ਆਪਣੇ ਯਾਰ ਦੋਸਤ ਦੇ ਨਾਲ ਪੈਂਟਾਂ ਲੈਣ ਗਿਆ ਚਿੱਟੇ ਕੱਟੇ। ਉੱਥੋਂ ਇਹਨਾਂ ਸਾਰਿਆਂ ਮੁੰਡਿਆਂ ਨੇ 25-20 ਬੰਦੇ ਇਹਨਾਂ ਚੁੱਕ ਕੇ ਗੱਡੀ 'ਚ ਪਾ ਗਏ ਇਹਨੂੰ। ਇਹਨੂੰ ਲੈ ਗਏ ਰਣਜੀਤ ਐਵਨਿਊ। ਉੱਥੇ ਉਹ ਡਾਂਗ ਸੁੱਟਾ ਦਾਤਰ ਬੜਾ ਇੰਨਾ ਸਮਾਨ ਉਹਨੂੰ ਘੁੱਟ ਘੁੱਟ ਮਾਰਤਾ ਨੰਗਾ ਕਰਤਾ ਉਹਨੂੰ। ਸਾਨੂੰ 11:30 ਰਣਜੀਤ ਐਵਨਿਊ ਪੁਲਿਸ ਵਾਲਿਆਂ ਦਾ ਫੋਨ ਆਇਆ। ਇੱਕ ਗੁਰਮੁਖ ਬੰਦਾ ਹੀ ਉਹਨੇ ਫੋਨ ਕੀਤਾ। ਮੁੰਡਾ ਰਿੜਦਾ ਛੜਕਦੇ ਆ ਕਹਿੰਦੇ ਤੁਹਾਡਾ ਮੁੰਡਾ ਤਾਂ ਮਰਿਆ ਪਿਆ, ਲਾਇਓ ਉਹਨੂੰ ਚੁੱਕੇ। ਅਸੀਂ ਉੱਥੇ ਠਾਣੇ ਉੱਥੇ ਪਹੁੰਚੇ ਰਣਜੀਤ ਐਵਨਿਊ। ਰਣਜੀਤ ਐਵਨਿਊ ਸਾਨੂੰ ਪੁਲਿਸ ਵਾਲੇ ਬੈਠੇ ਹੀ ਕਹਿੰਦੇ ਆ ਕੋ ਕੀ ਹਾਲ ਕਰਦਾ। ਸਾਡਾ ਬੜਾ ਬੁਰਾ ਹਾਲ ਹੈ ਜੀ। ਉੱਥੇ 11:30 ਤੇ 29 ਤਰੀਕ ਨੂੰ ਮੇਰੇ ਮੁੰਡੇ ਨੇ ਤੁਸੀਂ ਮਾਰ ਦਿੱਤਾ, ਮੈਨੂੰ ਵੀ ਗੋਲੀ ਮਾਰ ਦਿਓ। ਉਹਨੇ ਕੱਲ ਮੈਨੂੰ ਇਹੀ ਗੱਲ ਕਹੀ ਸੀ ਸ਼ਾਮੀ ਕਿ ਮੰਮੀ ਪੀਚੀ ਨੂੰ ਤਾਂ ਮਸਤ ਨੂੰ ਛੱਡੀ ਨਾ, ਮੈਂ ਤੇਰੇ ਕੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਮੈਨੂੰ ਗੋਲੀ ਮਾਰ ਦੇ, ਮੇਰੇ ਕੋਲ ਮੁੰਡਾ ਮੇਰਾ ਬਰਦਾਸ਼ਤ ਨਹੀਂ ਹੁੰਦਾ ਵੇਖਿਆ ਜਾਂਦਾ। ਪਰਸੋਂ ਸੋਮਵਾਰ ਦੀ ਮੈਂ ਅੰਦਰੋਂ ਅੰਦਰੋਂ ਰੋਣ ਡਈ ਹਾਂ, ਮੈਨੂੰ ਪਤਾ ਸੀ ਮੇਰੇ ਮੁੰਡੇ ਨੇ ਨਹੀਂ ਬਚਣਾ, ਪਰ ਮੈਂ ਇਹਨਾਂ ਨੂੰ ਨਹੀਂ ਦੱਸਿਆ। ਉਹਨੇ ਸੱਟਾਂ ਇੰਨੀਆਂ ਲਾਈਆਂ, ਸਾਰੀਆਂ ਹੱਡੀਆਂ ਉਹਦੀਆਂ ਤੋੜ ਦਿੱਤੀਆਂ ਮਾਰ ਮਾਰ ਕੇ। ਕੱਲ ਹਾਰ ਜਿਹੜੀ ਹਾਰਟ ਸੀ ਉਹ ਵੀ ਬੰਦ ਹੋ ਗਈ। ਕੱਲ ਲੋਰੀ ਗੇਟ ਕੱਪੜੇ ਲੈਣ ਗਏ ਸੀ, ਉੱਥੋਂ ਇਹਨਾਂ ਨੇ ਚੁੱਕਿਆ ਵਾ। ਫਿਰ ਖਾਈ ਮਹੱਲੇ ਇਹਨਾਂ ਨੇ ਆਪਣੇ ਮਹੱਲੇ ਚੰਗੀ ਤਰ੍ਹਾਂ ਨੂੰ ਕੁੱਟਿਆ ਵਾ। ਫਿਰ ਗੱਡੀ 'ਚ ਰਾਮ ਬਾਗ ਥਾਣੀ ਲਿਆ ਗਏ, ਫਿਰ ਜੀਤਾ ਨੂੰ ਲੈ ਗਏ ਆ। ਉੱਥੇ ਜਾ ਕੇ ਕਹਿੰਦਾ ਮੰਮੀ ਮੇਰੇ ਕੱਪੜੇ ਲਾਏ ਕੱਪੜੇ, ਮੈਂ ਯਕੀਨ ਨਹੀਂ ਕਿ ਫਿਰ ਮੈਂ ਵੀਡੀਓ ਵੇਖੀ ਇਹਨਾਂ ਨੇ ਜਿਹੜੀ ਕੱਲ੍ਹ ਪਾਈ ਸੀ। ਬੰਨ ਕੇ ਲੱਤਾਂ ਮਾਰ ਕਿੱਦਾਂ ਮਾਰਨ ਦੇ, ਬੇਸਬਾਲ ਮਾਰ ਮਾਰ ਕੇ ਕਹਿੰਦਾ ਕਹਿੰਦਾ ਮੇਰਾ ਕਹਿੰਦਾ ਤਾਂ ਮੋਢਾ ਤੋੜ ਦੇ ਰਹੀ ਹੈ, ਲੱਤਾਂ ਬਾਹਾਂ ਤੋੜ ਦੇ, ਜਿਹੜੀ ਮੈਂ ਨਹੀਂ ਆਪਣੇ ਮੂੰਹ ਕਹਿਣ ਦੀ, ਸਾਰੇ ਜਾਣੇ ਵੀਡੀਓ ਵੇਖ ਲਓ, ਅੱਜ ਮੈਂ ਝੂਠ ਨਹੀਂ ਮਾਰਨ ਦੀ। ਜਿਹੜੇ ਮੈਂ 5 ਦਿਨ ਆਪਣੇ ਬੱਚੇ ਨੇ ਹੀ ਧੱਕੇ ਖਾਧੇ ਇੱਧਰ ਉੱਧਰ, ਸਾਨੂੰ ਪਤਾ, ਪਰ ਫਿਰ ਵੀ ਮੇਰਾ ਮੁੰਡਾ ਨਹੀਂ ਬਚਿਆ। ਇੱਕ ਪੀਜੀ ਸੀ, ਇੱਕ ਜ਼ਾਇਲ ਮਸਤ, ਇੱਕ ਮੱਟੂ, ਇੱਕ ਹੋਰ ਪਤਾ ਨੀ ਕਿੰਨੀ ਟਿੱਡੀ ਸੀ, ਸ਼ੇਪੂ ਪਤਾ ਮੰਗ ਕਰਦੀ ਉਧਰ ਇੰਦਿਆਂ ਨੂੰ, ਜਿਸ ਤਰ੍ਹਾਂ ਮੇਰੇ ਬੱਚੇ ਨਾਲ ਇਹਨਾਂ ਨੇ ਕੁੱਟ ਮਾਰ ਕੀਤੀ, ਕਿਸੇ ਹੋਰ ਬੱਚੇ ਨਾਲ ਨਾ ਕਰੋ, ਕਿਸੇ ਹੋਰ ਮਾਂ ਦਾ ਮੁੰਡਾ ਨਾ ਖੋਲ। ਸਰ ਕੱਲ੍ਹ ਇੱਕ ਸਾਨੂੰ ਤਲਾਹ ਮਿਲੀ ਸੀ ਵੀ ਰਣਜੀਤ ਐਵਨਿਊ ਏਰੀਏ ਦੇ ਵਿੱਚ ਮੁੰਡੇ ਨੂੰ ਲਿਜਾ ਕੇ ਅਤੇ ਕੁੱਟਮਾਰ ਕੀਤੀ ਆ, ਅਤੇ ਉੱਥੋਂ ਫਿਰ ਇਹਨਾਂ ਨੇ ਇੱਥੇ ਹਸਪਤਾਲ ਦਾਖਲ ਕਰਾਇਆ ਸੀ। ਕੱਲ੍ਹ ਅਸੀਂ ਆਏ ਸੀ ਅਤੇ ਹੁਣ ਅੱਜ ਉਹਦਾ ਪਤਾ ਲੱਗਿਆ ਵੀ ਲੜਕੇ ਦੀ ਡੈਥ ਹੋ ਗਈ ਆ। ਲੜਕੇ ਦਾ ਨਾਂ ਹੈਗਾ ਜੀ ਰਾਹੁਲ, ਸਨ ਆਫ ਰਵਿੰਦਰ ਕੁਮਾਰ, ਵਾਸੀ ਸੁੰਦਰ ਨਗਰ। ਪਤਾ ਲੱਗਾ ਜੀ ਕਿੰਨਾ ਨੇ ਕੀਤੀ, ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇ? ਸੀਸੀਟੀਵੀ ਬੜੀ ਵੇਖੀਆਂ ਵਾ, ਫੁਟੇਜ ਆਈ ਆ, ਅਫਸਰ ਡੇ ਕਾਰਵਾਈ ਕਰਨਾ, ਬਾਕੀ ਜੋ ਡਿਸਾਈਡ ਹੁੰਦਾ ਉਹ ਹੁਣ ਇਹਨਾਂ 'ਤੇ ਡਿਪੈਂਡ ਕਰਦਾ, ਵੇਖੋ ਹੁਣ ਜਿੱਦਾਂ ਕਹਿਣਗੇ ਕਰ ਦੇਣਗੇ। ਦੱਸਿਆ ਗਿਆ ਕਿ ਕੀ ਨਾਂ ਸੀ ਜਾਂ ਕਿੰਨਾ ਵੱਲੋਂ ਹਮਲਾ ਕੀਤਾ ਗਿਆ? ਹਾਂਜੀ ਨਾਲ ਲਿਖਾਏ ਗਏ ਅਫਸਰਾਂ ਨੂੰ, ਨਾਲ ਲਿਖਾਏ ਇਹਨਾਂ ਨੇ। ਕੀ ਨਾਂ? ਨਾਂ ਕੋਈ ਭੀਚੀ ਕੋਈ ਸਾਹਿਲ ਮਸਤ ਨਾਂ ਹੋਇਆ ਉਹਨਾਂ ਦਾ, ਹਰੀਪੁਰੇ ਦੇ ਰਹਿਣ ਵਾਲੇ ਆ। ਹੁਣ ਤੱਕ ਕੀ ਕਾਰਵਾਈ ਕੀਤੀ ਗਈ? ਬਾਜੀ ਮੁਕੱਦਮਾ ਦਰਜ ਕਰਕੇ ਅਗਲੀ ਕਰਦੀ ਕੋਈ ਲਿਆਵਾਂਗੇ ਅਮਲ 'ਚ, ਪੋਸਟਮਾਰਟਮ ਕਰਾਇਆ ਜਾਊਗਾ ਕੱਲ੍ਹ ਨੂੰ।